ਅਸੀਂ ਸਕੂਲ ਜਾ ਰਹੇ ਸੀਗੇ, ਟਰੱਕ ਆ ਰਿਹਾ ਸੀ, ਮੇਰੇ ਪਾਸ ਤਾਂ ਗ੍ਰੀਨ ਫੀਲਡ ਤੇ ਸੀ, ਸਕੂਲ ਜਾਂਦੇ ਸੀ, ਬਸ ਤਾਂ ਵੀਰੇ ਰੋਡ ਤੇ ਜਾਈ ਜਾਂਦੀ ਸੀ, ਟਰੱਕ ਵਾਲੇ ਨੇ ਮੂਹਰੇ ਲਿਆਂਦੀ ਵਿੱਚ ਮਾਰਿਆ, ਮੂਹਰੇ ਲਿਆਂਦ ਕੇ ਮੇਰੇ 42 ਬੱਚੇ ਸੀ, ਨਹੀਂ ਵੀਰੇ ਰੋਡ ਨੀ ਵੀਰੇ ਮੈਨੂੰ ਪਤਾ ਕਿਹੜਾ, ਕਿੰਨੇ ਵਜੇ ਦੀ ਟਾਈਮ ਕੀ ਸੀ, 7:30 ਅੱਜ ਤਕਰੀਬਨ 8:10 ਤੇ ਸਵੇਰੇ ਜੀ ਸਕੂਲ ਬੱਸ ਦਾ ਜਿਹੜਾ ਐਕਸੀਡੈਂਟ ਹੋਇਆ ਉਹਦੇ ਵਿੱਚੋਂ ਵੱਖ ਵੱਖ ਤਰ੍ਹਾਂ ਦੇ ਬੱਚੇ ਅਤੇ ਉਹਨਾਂ ਦੇ ਦੋ ਸਟਾਫ ਮੈਂਬਰ ਐਮਰਜੈਂਸੀ 'ਚ ਅਸੀਂ ਰਿਸੀਵ ਕੀਤੇ, ਅਤੇ ਕੁਛ ਜਿਨ੍ਹਾਂ ਦੇ ਪੇਸ਼ੈਂਟਸ ਦੇ ਟਾਂਕੇ ਲੱਗਣੇ ਸੀ ਇਮੀਜੀਏਟਲੀ ਉਹ ਲਾ ਕੇ ਫਿਰ ਐਕਸਰੇ ਕਰਾਏ ਗਏ, ਤਕਰੀਬਨ 3 ਬੱਚਿਆਂ ਦੇ ਤਾਂ ਫ੍ਰੈਕਚਰ ਆਇਆ, ਉਹਨਾਂ ਨੂੰ ਔਰਥੋ ਡਿਪਾਰਟਮੈਂਟ 'ਚ ਭੇਜ ਦਿੱਤਾ ਗਿਆ, ਇੱਕ ਦੇ ਸਿਰ 'ਚ ਸੱਟ ਸੀ, ਉਹਦੇ ਸ਼ਾਇਦ ਸੀਟੀ ਸਕੈਨ ਦੀ ਜ਼ਰੂਰਤ ਸੀ, ਉਹਨੂੰ ਵੀ ਰੈਫਰ ਕਰਕੇ ਅਸੀਂ ਸਿਵਲ ਹਸਪਤਾਲ ਬਰਨਾਲੇ 'ਚ ਭੇਜ ਦਿੱਤਾ ਹੈ, ਬਾਕੀ ਸਭ ਨੂੰ ਫਸਟ ਏਡ ਦੇ ਕੇ ਅਤੇ ਇੰਜੈਕਸ਼ਨ ਦੇ ਕੇ ਆਬਜ਼ਰਵੇਸ਼ਨ 'ਚ ਰੱਖ ਲਿਆ, ਜਿਹੜੇ ਜਿਹੜੇ ਠੀਕ ਪ੍ਰਤੀਤ ਹੋਏ ਜਾਣਗੇ ਉਹਨਾਂ ਨੂੰ ਅਸੀਂ ਘਰ ਭੇਜ ਦੇਵਾਂਗੇ, ਪਰ ਰੱਬ ਦੀ ਕਿਰਪਾ ਨਾਲ ਕੈਜੂਅਲਟੀ ਕੋਈ ਨਹੀਂ ਹੋਈ ਅਤੇ ਜਿੰਨੇ ਐਡਮਿਟ ਕੀਤੇ ਨੇ ਸਾਰੇ ਦੇ ਸਾਰੇ ਸਟੇਬਲ।